ਟਵਿੱਟਰ ਤੇ ਇੱਕ ਵਿਅਕਤੀ ਵੱਲੋਂ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ, ਜਿਸ ਤੋਂ ਬਾਅਦ ਮਾਹੌਲ ਪੱਕ ਗਿਆ। ਦਰਅਸਲ ਇੱਕ ਵੈਰੀਫਾਈਡ ਅਕਾਊਂਟ ਦੇ ਯੂਜ਼ਰ ਨੇ ਐਕਸ ਤੇ ਟਵੀਟ ਕਰਕੇ ਲਿਖਿਆ, ਸਾਡੇ ਸਿੱਖ ਭਰਾ ਕਹਿੰਦੇ ਨੇ ਹਿੰਦੂ ਗੋਮੂਤਰ ਪੀਂਦੇ ਨੇ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ 99.9% ਹਿੰਦੂਆਂ ਨੇ ਕਦੇ ਵੀ ਗੋਮੂਤਰ ਨਹੀਂ ਪੀਤਾ ਹੋਣਾ, ਜਦੋਂ ਕਿ ਮੈਂ ਗਰੰਟੀ ਨਾਲ ਇਹ ਵੀ ਕਹਿ ਸਕਦਾ ਹਾਂ ਕਿ 99.9% ਸਿੱਖਾਂ ਨੇ ਇੱਕ ਕਾਕਟੇਲ ਜ਼ਰੂਰ ਪੀਤਾ ਹੋਣਾ। ਇਸ ਟਵੀਟ ਦੇ ਥੱਲੇ ਇੱਕ ਐਡਿਟ ਕੀਤੀ ਹੋਈ ਤਸਵੀਰ ਵੀ ਸ਼ੇਅਰ ਕੀਤੀ ਗਈ, ਜਿਸ 'ਚ ਇਸ ਕਾਕਟੇਲ ਬਾਰੇ ਦੱਸਿਆ ਗਿਆ। ਯੂਜ਼ਰ ਨੇ ਲਿਖਿਆ, ਮਲ ਮਿਕਸ ਪਲੱਸ ਮੂਤਰ ਮਿਕਸ ਪਲੱਸ ਗੰਦ ਮਿਕਸ ਪਲੱਸ ਪਸੀਨਾ ਮਿਕਸ ਬਰਾਬਰ ਹੈ ਅੰਮ੍ਰਿਤ ਦੇ। ਇਸ ਮਸਲੇ ਤੇ SGPC ਵੱਲੋਂ ਟਵੀਟ ਕਰ ਕਾਰਵਾਈ ਦੀ ਗੱਲ ਕਹੀ ਗਈ। ਉਹਨਾਂ ਨੇ ਲਿਖਿਆ ਕਿ ਅਸੀਂ ਤਾਕੀਦ ਕਰਦੇ ਹਾਂ ਕਿ ਪੰਜਾਬ ਪੁਲਿਸ ਤੇ CP ਅੰਮ੍ਰਿਤਸਰ ਇਸ ਹੈਂਡਲ ਨੂੰ ਬੁੱਕ ਕਰਨ। ਇਸ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਬਾਰੇ ਬਹੁਤ ਹੀ ਇਤਰਾਜ਼ਯੋਗ ਗ੍ਰਾਫਿਕ ਪੇਸ਼ਕਾਰੀ ਪੋਸਟ ਕਰਕੇ ਭਾਈਚਾਰਿਆਂ ਵਿੱਚ ਦੁਸ਼ਮਣੀ ਨੂੰ ਵਧਾਵਾ ਦੇਣ ਅਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਹੈ। ਕਿਸੇ ਵੀ ਵਿਅਕਤੀ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਜਾਤ ਦਾ ਹੋਵੇ, ਵਿਸ਼ਵਾਸ ਦਾ ਹੋਵੇ, ਜੋ ਹੋਰ ਭਾਈਚਾਰਿਆਂ ਵਿਰੁੱਧ ਨਫ਼ਰਤ ਫੈਲਾਉਂਦਾ ਹੈ, ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਅਜਿਹੀ ਨਫ਼ਰਤ ਆਮ ਹੋ ਗਈ ਹੈ, ਪਰ ਪੁਲਿਸ ਅਤੇ ਸਰਕਾਰਾਂ ਇਹਨਾਂ ਤੇ ਕਾਬੂ ਨਹੀਂ ਪਾ ਰਹੀਆਂ। ਇਸ ਐਕਸ ਪੋਸਟ ਨੂੰ ਅਧਿਕਾਰਤ ਸ਼ਿਕਾਇਤ ਵਜੋਂ ਮੰਨਿਆ ਜਾਵੇ।